ਹਾਂਜੀ ਅੱਛੀ ਗੱਲ ਜੀ ਉਮੀਦ ਕਰਦਾ ਹਾਂ ਕਿ ਸਾਰੇ ਜਾਣ ਚੜ੍ਹਦੀ ਕਲਾ ਚ ਹੋ ਕੇ ਤੰਦਰੁਸਤ ਹੋਵੋਗੇ ਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਤੇ ਇਦਾਂ ਹੀ ਹੱਸਦੇ ਵਾਜ਼ਰੋ ਸੋ ਅੱਜ ਦੀ ਵੀਡੀਓ ਦਾ ਟੌਪਿਕ ਬੜਾ ਜ਼ਿਆਦਾ ਘੈਂਟ ਹੈ ਵਧੀਆ ਸੋ ਅੱਜ ਐਟ ਦਾ ਵੈਰੀ ਅਰਲੀਸਟ ਟਾਈਮ ਤੇ ਬਣ ਰਿਹਾ ਟੱਗ ਸਪੀਕਰਾਂ ਦੀ ਸੱਚਾਈ ਸੋ ਦੇਖਦੇ ਹਾਂ ਕਿੰਨੇ ਕਨੇ ਕੈਦ ਹੋ ਐ 4 ਨੇ 10 ਨੇ ਸੋ ਇਸ ਕਰਕੇ ਏਜੰਟਸ ਨੇ ਬਦਨਾਮ ਦੇ ਕੋ ਸਾਰੇ ਹੀ ਇਕੱਠੇ ਹੀ ਤਰਾਜੂ 'ਚ ਤੋਲੇ ਜਾਂਦੇ ਨੇ ਪੰਜੇ ਗੋਲਾ ਬਰਾਬਰ ਨਹੀਂ ਬਟ ਜਿਹੜੇ ਇਹ ਕਹਿੰਦੇ ਨੇ ਨਾ ਵੀ ਪੰਜੇ ਗੋਲਾ ਬਰਾਬਰ ਨਹੀਂ ਸਾਰਿਆਂ ਨੂੰ ਅਲੱਗ-ਅਲੱਗ ਦੇਖੋ ਤੋਂ ਉਹੀ ਜ਼ਿਆਦਾ ਹੀ ਭੰਡੀ ਕਰਦੇ ਨੇ ਸੋ ਅੱਜ ਦਰਸਲ ਇੱਕ ਕਲਾਇੰਟ ਨਹੀਂ ਕਹੂੰਗਾ ਕਿਉਂਕਿ ਹਲੇ ਤੱਕ ਕੰਟਰੋਲ ਨਹੀਂ ਹੋਏ ਉਹ ਸੋ ਭਰਾ ਵੀ ਨਹੀਂ ਕਹਿ ਸਕਦਾ ਜੇ ਭਰਾ ਹੁੰਦੇ ਤਾਂ ਉਹਨਾਂ ਨਾਲੇ ਠੱਗੀ ਢੋਲੀ ਨਾ ਹੁੰਦੀ ਤੇ ਇਨਕੁਆਰੀ ਹੀ ਸੀ ਸੋ ਜਿਨ੍ਹਾਂ ਨਾਲ ਇੱਕ ਗੱਲ ਕੀਤੀ ਤੇ ਜਿਹੜੇ ਏਜੰਟ ਕੋਲ ਗਏ ਨੇ ਮੈਂ ਨਾਮ ਹੀ ਪਹਿਲੀ ਵਾਰ ਸੁਣਿਆ ਉਹਨਾਂ ਦਾ ਸੋ ਤਾਂ ਹੀ ਨਾਮ ਵੀ ਨਹੀਂ ਸੁਣਿਆ ਪ੍ਰੋਪਰ ਨਾਮ ਕੁਝ ਹੋਰ ਹੋਣਾ ਬਤ ਨਾਮ ਬਣੇ ਹੀ ਨਹੀਂ ਹੋਣਾ ਨਾਮ ਉਹਨਾਂ ਤੋਂ ਪਹਿਲਾਂ ਹੀ ਖਰਾਬ ਕਰ ਲਿਆ ਸੋ ਚੀਜ਼ ਇਹ ਹੈ ਜੀ ਦੇਖੋ ਸਭ ਤੋਂ ਪਹਿਲੀ ਗੱਲ ਦਾ ਮੈਂ ਤੁਹਾਨੂੰ ਵੀਡੀਓ 'ਚ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਚੈਨਲ ਹੈ ਦੋ ਟਾਈਪ ਦਾ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਪ੍ਰੋਵਾਈਡ ਹੋਣਗੀਆਂ ਇੱਕ ਜੋ ਮੇਰੀ 109 ਦੀ ਕਿਰਤ ਕਮਾਈ ਹੈ ਉਸ ਬਾਬਤ ਤੁਹਾਨੂੰ ਇੱਕ ਪਰਸਨਲ ਤੌਰ ਤੇ ਤੁਹਾਨੂੰ ਮੈਂ ਪ੍ਰੋਫੈਸ਼ਨਲ ਤੌਰ ਤੇ ਵੀਡੀਓਜ਼ ਹੋਣਗੇ ਜਿੱਥੇ ਮੈਂ ਧੰਦੇ ਦੀ ਗੱਲ ਕਰੂੰਗਾ ਦੂਜੀ ਅਵੇਅਰਨੈਸ ਸੋ ਜਿਹੜੀ ਦੂਜੀ ਚੀਜ਼ ਹੈ ਉਹ ਪਹਿਲੇ ਤੌਰ ਤੇ ਮੌਖਿਕ ਰੂਪ 'ਚ ਹੈ ਕਿਉਂਕਿ ਅਵੇਅਰਨੈਸ ਤੌਰ ਤੇ ਤੁਸੀਂ ਇਹ ਚੈਨਲ ਤੋਂ ਟਾ ਮੈਂ ਤੋਂ ਟਾ ਤੋਂ ਮੈਂ ਸਭ ਤੋਂ ਪਹਿਲਾਂ ਇੱਕ ਵਾਰੀ ਕਮਿਟਮੈਂਟ ਕਰੀ ਸੀ ਵੀ ਚਾਹੇ ਹਾਲਾਤ ਜਿੱਦਾਂ ਮਰਜ਼ੀ ਦੇ ਹੋਣ ਚਾਹੇ ਕੁਝ ਵੀ ਹੋ ਜਾਏ ਤੂੰ ਮੈਂ ਤੈਨੂੰ ਟਾਈਮਲੀ ਅਵੇਅਰ ਕਰਦਾ ਰਹੂੰਗਾ ਬਾਕੀ ਤੁਹਾਡੇ ਤੇ ਇੱਕ ਵਾਰ ਹੀ ਵੀਡੀਓ ਪਾ ਕੇ ਏਅਰ ਕਰੂੰਗਾ ਜਿੱਦਾਂ ਹੁਣ ਤੱਕ ਕਰਦਾ ਆ ਬਾਕੀ ਤੁਹਾਡੇ ਤੇ ਇਟਸ ਅਪ ਟੂ ਯੂ ਤੁਸੀਂ ਅਵੇਅਰ ਹੋਣਾ ਹੈ ਜਾਂ ਨਹੀਂ ਹੋਣਾ ਹੈ ਕਲਾਇੰਟ ਦੇ ਜਾਣਦੇ ਜਿਹੜੇ ਵੀ ਆਪਾਂ ਪੈਕੇਜ ਦੇ ਕੇ ਜਾਂ ਨਾ ਵੀ ਪ੍ਰਾਈਵੇਟ ਪੈਕੇਜ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਜਦੋਂ ਤੁਹਾਡੇ ਮਾਵਾ ਤੁਹਾਡੇ ਤੇ ਪੈਸਾ ਨਹੀਂ ਲਾ ਸਕਦੇ ਕਈਆਂ ਦੀ ਮਜਬੂਰੀ ਹੁੰਦੀ ਹੈ ਕਈਆਂ ਨੂੰ ਫਾਈਲ ਦਾ ਪਤਾ ਹੁੰਦਾ ਹੈ ਏਜੰਟ ਕੀ ਸਕੇ ਯਾਰ ਵੀ ਤੁਹਾਡੇ ਤੇ ਪੈਸੇ ਲਾ ਦੂਗਾ ਪਰਾਇਵਡ ਪੈਕੇਜ ਫੀਸ ਭਰੀ ਜਾਂਦੇ ਵੀਜ਼ਾ ਤੋਂ ਬਾਅਦ ਖੈਰ ਉਸ ਨਾਲ ਤੁਹਾਡਾ ਕੋਈ ਤਾਲੁਕਤ ਨਹੀਂ ਹੈਗਾ ਉਹ ਚਾਹੇ ਏਜੰਟ ਫੀਸ ਪਰ ਇਹ ਨਾ ਪਰੇ ਬਟ ਜਦੋਂ ਤੁਹਾਨੂੰ ਇੰਸਟਾਗ੍ਰam ਦੀ ਸਟੋਰੀਆਂ ਉੱਤੇ ਬਲਾ ਬਲਾ ਕਰਕੇ ਬੜਾ ਉੱਚੀ ਜਿੱਤਹਿਸ਼ਾ ਕੇ ਮੋਟੀਵੇਟ ਕਰਕੇ ਤੁਹਾਨੂੰ ਬਗਲਾਇਆ ਜਾਂਦਾ ਵੀ ਪਹਿਲਾਂ ਕੋਈ ਪੈਸੇ ਨਹੀਂ ਜੀ ਸਾਰੇ ਆਫਟਰ ਵੀਜ਼ਾ ਨੇ ਫਿਰ ਤੁਹਾਡੇ ਤੋਂ ਇਨਕੁਆਰੀ ਦੇ ਕਹਿਣ ਦੇ ਮੁਤਾਬਕ ਤੇ ਬੱਚੇ ਦੇ ਕਹਿਣ ਦੇ ਮੁਤਾਬਕ ਇਨਕੁਆਰੀ ਦੇ ਕਹਿਣ ਦੇ ਮੁਤਾਬਕ ਉਸ ਤੋਂ ਕੋਈ ਕਾਲਜ ਹੈ ਯੂਨੀਵਰਸਿਟੀ ਹੈ ਜਿਸ ਦੀ ਆਫਰ ਲੈਟਰ ਦੀ ਫੀਸ ਹੈ ਹੀ ਨਹੀਂ ਬਟ ਉਹਨਾਂ ਤੋਂ 15000 ਰੁਪਿਆ ਲਿਆ ਗਿਆ ਆਫਰ ਲੈਟਰ ਦਾ ਪੈਕੇਜ ਦੇ ਵਿੱਚ ਤੇ ਜਦੋਂ ਕਲਾਇੰਟ ਨੇ ਕਿਹਾ ਵੀ ਇਹਦੀ ਫੀਸ ਹੈ ਨਹੀਂ ਕਲਾਇੰਟ ਨੂੰ ਪਹਿਲੇ ਸਟੈਪ ਤੇ ਹੀ ਪਤਾ ਲੱਗ ਗਿਆ ਮੈਂ ਕਿਹਾ ਕਲਾਇੰਟ ਸੈਨਾਂ ਬਟ ਥੋੜਾ ਜਿਹਾ ਲੇਟ ਪਤਾ ਲੱਗਿਆ ਬਟ ਬਿਹਤਰ ਹੈ ਦੇਰ ਆਏ ਦਰੁਸਤ ਆਏ ਬਟ ਜਲਦੀ ਮਿਲ ਗਈ ਉਹਨਾਂ ਨੂੰ ਨੌਲੇਜ ਜਿਹੜੀ ਵੀ ਹੈ ਬਟ ਉਹਨਾਂ ਦੇ ਕਹਿਣ ਅਪਰੰਤ ਵੀ ਆਫਰ ਲੈਟਰ ਦੀ ਫੀਸ ਹੈ ਜਦੋਂ ਉਹਨਾਂ ਨੇ ਕਿਹਾ ਬੱਚੇ ਨੇ ਕਿਹਾ ਵੀ ਮੈਂ ਤਾਂ ਉੱਥੇ ਦੇਖਿਆ ਵੀ ਸਾਈਟ ਤੇ ਇਹਦੀ ਕਾਲਜ ਯੂਨੀਵਰਸਿਟੀ ਦੀ ਫੀਸ ਹੈ ਹੀ ਨਹੀਂ ਆਫਰ ਲੈਟਰ ਦੀ ਦੈਨ ਵਾਈ ਆਰ ਯੂ ਟੇਕਿੰਗ 15500 ਫਰੋਮ ਮੀ ਕਿਉਂਕਿ ਇਹ ਆਫਰ ਲੈਟਰ ਬਿਲਕੁਲ ਫ੍ਰੀ ਹੈ ਤਾਂ ਆਖੇ ਵੀ ਇਹ ਸਾਡੇ ਚਾਰजेस ਨੇ ਜੀ ਸਾਡੇ ਅ ਪ੍ਰੋਸੈਸਿੰਗ ਚਾਰजेस ਨੇ ਵੀ ਜੇ ਕਲਾਇੰਟ ਚੇਂਜ ਹੋ ਜਾਏ ਤਾਂ ਇਹ ਅਸੀਂ ਮੋੜਦੇ ਨਹੀਂ ਹੈਗੇ ਉਹ ਕਹਿੰਦੇ ਇਦਾਂ ਦੀਆਂ ਗੱਲਾਂ ਤੁਸੀਂ ਪਹਿਲਾਂ ਕਰਨੀ ਅਸੀਂ ਆਂ ਜਦੋਂ ਅਸੀਂ ਮੈਂ ਪ੍ਰੋਸੈਸ ਕਰਨ ਸੀ ਉਹ ਤਾਂ ਤੁਸੀਂ ਵੀਡੀਓ 'ਚ ਬੋਲਦੇ ਹੋ ਤੁਹਾਡੇ ਸਾਰੇ ਬੋਲਦੇ ਨੇ ਕਿ ਭਾਈ ਪਹਿਲਾਂ ਕੋਈ ਚਾਰਜਸ ਨਹੀਂ ਹੈਗਾ ਸਾਰੇ ਬਾਅਦੋਂ ਨੇ ਤਾਂ ਇਹ ਕਿਉਂ ਤਾਂ ਕਿ ਉਹਨਾਂ ਨੂੰ ਇਹ ਚੀਜ਼ ਹੁੰਦੀ ਆ ਵੀ ਕੁਛ ਨਾ ਕੁਛ ਤਾਂ ਅਸੀਂ ਠੱਗ ਲਈਏ ਤਾਂ ਬੱਚਾ ਉਤੋਂ ਵਾਪਸ ਆ ਗਿਆ ਇੱਥੇ ਕਹਿਣ ਨੂੰ ਕੀ ਮਿਲਦਾ ਇਹ ਉਹੀ ਪਾਈ ਸਾਹਿਬ ਨੇ ਜਿਹੜੇ ਚਾਰ-ਚਾਰ ਸਾਢੇ ਤਿੰਨ ਤਿੰਨ ਬੈਂਡ ਤੇ ਵੀਜ਼ੇ ਦਿੰਦੇ ਨੇ ਚਾਰ-ਚਾਰ ਬੈਂਡ ਤੇ ਸੋ ਇਹ ਚੀਜ਼ ਜ਼ਰੂਰੀ ਨਹੀਂ ਹੁੰਦੀਆਂ ਯਾਰ ਤੁਸੀਂ ਥੋੜਾ ਸੋਚ ਕੇ ਚਲੋ ਮੈਂ ਤਾਂ ਖੈਰ ਉਹਨਾਂ ਬਾਰੇ ਕਦੇ ਸੁਣਿਆ ਕਰਿਆ ਵੀ ਨਹੀਂ ਹੈਗਾ ਬਟ ਜਦੋਂ ਉਹਨਾਂ ਬਾਰੇ ਗੱਲ ਹੋਈ ਹੈ ਹਨਾ ਤੇ ਸਿੱਕੀ ਰੂਪ ਚ ਤਾਂ ਮੈਂ ਨਹੀਂ ਕਹਣਾ ਵੀ ਦਸਤਾਰ ਸਜਾਈ ਹੋਈ ਹੈ ਤੋ ਜੋ ਵੀ ਉਹਨਾਂ ਦੀ ਬੋਲ ਬਾਣੀ ਉਹ ਇਦਾਂ ਦੀ ਹੈ ਵੀ ਲੋਕਾਂ ਨੂੰ ਮੰਗਰ ਲਾਉਣ ਵਾਲੀ ਹੈ ਠੀਕ ਹੈ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਤੁਸੀਂ ਵੀ ਮੋਟੀਵੇਸ਼ਨਲ ਨੂੰ ਸੁਣਦੇ ਹੋ ਉਹ ਦੋ ਤਰ੍ਹਾਂ ਦੀ ਮੋਟੀਵੇਸ਼ਨ ਹੁੰਦੀ ਹੈ ਇੱਕ ਜਦੋਂ ਤੁਸੀਂ ਵੀ ਸੁਭਾਵਿਕ ਤੌਰ ਤੇ ਕੋਈ ਚੀਜ਼ ਸੁਣਦੇ ਤੁਸੀਂ ਗ੍ਰੈਂਡ ਕਰ ਦਿਓ ਚੰਗੀ ਚੀਜ਼ ਲੱਗੇ ਗ੍ਰੈਂਡ ਕਰੋ ਮਾੜੀ ਚੀਜ਼ ਲੱਗੇ ਬਿਣਾ ਨਿੰਦਾ ਕਰਿਆਂ ਅੱਗੇ ਚੱਲ ਜਾਓ ਤਾਂ ਇਹ ਯਾਰ ਪਟਕਾ ਆ ਕੇ ਆਪਦੇ ਪਿੱਛੇ ਲਾ ਕੇ ਕੁਝ ਤਾਂ ਉਹਨਾਂ ਦੀ ਗੱਲਾਂ ਮੈਨੂੰ ਲੱਗੀਆਂ ਯਾਰ ਵੀ ਇਹ ਸੁਣੇ ਸੁਣਾਈਆਂ ਲੱਗਦੇ ਨੇ ਕਿਉਂਕਿ ਉਹ ਕੁਝ ਗੱਲਾਂ ਉਹਨਾਂ ਦਾ ਕਹਿਣ ਦਾ ਤਰੀਕਾ ਹੀ ਲੱਗਿਆ ਮੇਰੇ ਵਾਲਾ ਕਿਉਂਕਿ ਮੈਂ ਇੱਥੇ ਅੱਜ ਦਾ ਨਹਿਗਾ ਮੈਂ 2-3 ਸਾਲ ਤੋਂ ਚੈਨਲ ਚੱਲ ਰਿਹਾ ਕਿਉਂਕਿ ਉਹ ਤਾਂ ਆਏ ਹਲੇ 4-5 ਮਹੀਨੇ ਤੋਂ ਹੀ ਨੇ ਤਾਂ ਥੋੜਾ ਜਿਹਾ ਦੇਖ ਕੇ ਚੱਲੋ ਯਾਰ ਹਨਾ ਸਿੱਖੀ ਨੂੰ ਲਿਆਉਣਾ ਵਿੱਚ ਕਦੇ ਕਿਹੜੀ ਚੀਜ਼ਾਂ ਨੂੰ ਲਿਆਉਣਾ ਵਿੱਚ ਤਾਂ ਇਹ ਚੀਜ਼ਾਂ ਜੀਆਂ ਨਾ ਆਉਣ ਹਨਾ फडਕਾ ਉ ਵਾਲੀਆਂ ਚੀਜ਼ਾਂ ਫਿਰ ਕਦੇ ਪੰਜਾਬ ਉਹਨਾਂ ਵਿੱਚ ਵੜਨੋ ਕਦੇ ਕੁਝ ਵੜ ਲਓ ਜੇ ਤੁਹਾਡੇ ਮਨ 'ਚ ਹੈਲ ਚੀਜ਼ ਹਨਾ ਜੇ ਸਾਡੇ ਵਰਗਾ ਬਣਨੀ ਹੈ ਦੇਖੋ ਮੇਰੇ ਸਾਡੇ ਨਾਲ ਦਾ ਸ਼ਾਇਦ ਬਿਹਤਰੀ ਹੋਵੇਗੀ ਤੁਸੀਂ ਬਟ ਮੇਰੇ ਵਰਗਾ ਬਣਨਾ ਬਹੁਤ ਔਖਾ ਹੈ ਜੀ ਕਿਉਂਕਿ ਵੀਡੀਓ ਤੇ ਜਿੱਦਾਂ ਅਸੀਂ ਹੈਗਾ ਉਦਾਂ ਹੀ ਰਿਐਲਿਟੀ 'ਚ ਕਲਾਇੰਟ ਪੈਸੇ ਕੱਢ ਦਿੰਦਾ ਵੀ ਚੱਕੋ 10000 ਚੱਕੋ 20000 ਕਰੋੜਾਂ ਦੀ ਨਹੀਂ ਗੱਲ ਕਰੂੰਗਾ ਲੱਖਾਂ ਦੀ ਨਹੀਂ ਗੱਲ ਕਰੂੰਗਾ ਕਰ ਲੋ ਕਰੂੰਗਾ ਜਿਹੜਾ ਜਿਹਦਾ ਸਪਸ਼ਟਿਕਰਨ ਮੈਂ ਦੇ ਸਕਾਂ ਬੀਆ ਚਾਰਜੇਸ ਨਹੀਂ ਜੀ ਇਹਨਾਂ ਦੇ ਆਫਰ ਲੈਟਰ ਦੇ ਕਲਾਇੰਟ ਕਈ ਵਾਰ ਜੋ ਕੇ ਵੀ ਦੇਖਦਾ ਕਈ ਵਾਰ ਵਾਈ ਕਰੂ ਜੋ ਕੇ ਦੇਖਦਾ ਤੇ ਸਾਸੀਂ ਵਾਪਸ ਕਰਦੇ ਨੇ ਕਿਉਂਕਿ ਸਾਡਾ ਅੱਕੇ ਨਹੀਂ ਔਰ ਉਹਨਾਂ ਤੇ ਤਾਂ ਉਹ ਚੀਜ਼ਾਂ ਤੁਸੀਂ ਬਦਲੋ ਜੇ ਤੁਹਾਡਾ ਕੋਈ ਆਵਦਾ ਤਰੀਕਾ ਹੈਗਾ ਕ੍ਰੀਏਟੀਵਿਟੀ ਆਇਡਿਟਸ ਬੈਸਟ ਉਹ ਬਿਲਕੁਲ ਸਹੀ ਨਹੀਂ ਹੈਗਾ ਬੱਚਿਆਂ ਨਾਲ ਠੱਗੀ ਢੋਰੀ ਨਾ ਕਰੋ ਤੇ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਇੰਸਟਾਗ੍ਰam ਤੇ ਦੇਖਦਾ ਕਰਦੇ ਮੈਂ ਕਹਿੰਦਾ ਮੈਂ ਕਿੰਨੀ ਵਾਰੀ ਕਿਹਾ ਹੈ ਨਾ ਵੀ ਜੇ ਤੁਸੀਂ ਮੇਰੇ ਕੋਲੋਂ ਵੀ ਆਉਣੇ ਹੋ ਤਾਂ ਮੇਰੇ ਕੋਲੋਂ ਵੀ ਯਾਰ ਨੌਲੇਜ ਲੈ ਕੇ ਆਨੋ ਚੈਨਲ ਤੇ ਜੇ ਮੈਂ ਕੋਈ ਵੀ ਕੋਰਸ ਬਾਰੇ ਦੱਸਦਾ ਵੀ ਭਾਈ ਪੋਲੀਟੀਕਲ ਸਾਇੰਸ ਨਾਲ ਪੈਰਾ ਲੀਗਲ ਮਿਲੂਗਾ ਪੋਲੀਟੀਕਲ ਸਾਇੰਸ ਨਾਲ ਲੈਟਸ ਸੇ ਕਿ ਟੂਰਿਜ਼ਮ ਨਹੀਂ ਲੁਗੋ ਨਹੀਂ ਮਿਲੂਗਾ ਫੋਰ ਐਗਜ਼ਾਮਪਲ ਫੇਸ ਟੂ ਫੇਸ ਮੈਂ ਤੁਹਾਨੂੰ ਕਹਿ ਰਿਹਾ ਤਾਂ ਤੁਸੀਂ ਮੇਰੇ ਨਾਲ ਮੁਲਾਕਾਣ ਕਰ ਸਕਦੇ ਹੋ ਵੀ ਚੈਨਲ ਤੇ ਤੁਸੀਂ ਹੋਰ ਗੱਲ ਕਰ ਰਹੇ ਹੋ ਇੱਥੇ ਹੋਰ ਗੱਲ ਕਰ ਰਹੇ ਹੋ ਬਿਨਾ ਨਿੰਦਾ ਚੁਗਲੀ ਕਰਕੇ ਉੱਠ ਕੇ ਜਾ ਸਕਦੇ ਹੋ ਇਹੀ ਮੇਰੀ ਰੀਅਲਟੀ ਪੇਸ਼ ਕਰਨੀ ਚਾਹੁੰਦਾ ਤੁਹਾਡੇ ਨਾਲ ਇੰਸਟਾਗ੍ਰam ਤੇ ਦੋਹਰੀ ਸ਼ਖਸੀਤਾਂ ਦਾ ਤੁਸੀਂ ਮਤਲਬ ਦੂਰ ਦਰਾਡੇ ਹੋ ਕੇ ਜਾ ਉਹਨਾਂ ਨੂੰ ਨਿੰਦਾ ਚੁਗਲੀ ਵੀ ਨਾ ਕਰੋ ਸੋ ਇਹ ਚੈਨਲ ਤੁਹਾਡੇ ਲਈ ਹੈ ਹੋਰ ਵੀ 30 40 ਬੈਂ ਵਾਲੀ ਹੋਰ ਚੀਜ਼ ਹੈ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਸਪਸ਼ਟੀਕਰਨ ਦਵਾਂਗਾ ਬਹੁਤ ਜਲਦੀ ਤੇ ਆ 스피ਕਰਸ ਬੁਕਰਾਂ ਦਾ ਖੜਾ ਛੱਡੋ ਯਾਰ ਇਹ ਐਂ ਠੱਗ ਠੱਗ ਰੁਕ ਤੁਰੇ ਫਿਰਦੇ ਨੇ ਇਹਨਾਂ ਦੇ ਪੱਲੇ ਤੱਲੇ ਕੁਛ ਨਾ ਬੋਲੀ ਜਾਂਦੇ ਹੁੰਦੇ ਨੇ ਤਾਂ ਮੜਾ ਜਿਆ ਧਿਆਨ ਨਾਲ ਦੇਖ ਕੇ ਚੱਲੋ ਅਗਰ ਸਹੀ ਕੰਮ ਕਰਦਾ ਅਗਲਾ ਇਮਾਨਦਾਰੀ ਨਾਲ ਕਰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਾਂ ਅਗਲੇ ਦਾ ਰਿਸਪੈਕਟ ਕਰੋ ਰਿਗਾਰਡ ਕਰੋ ਬਟ ਧਰਮ ਨੂੰ ਮੁੱਖ ਰੱਖ ਕੇ ਤੇ ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਅੱਗੇ ਲੈ ਕੇ ਆਗੇ ਤੇ ਯਾਰ ਆ ਚੀਜ਼ਾਂ ਹੁੰਦੀਆਂ ਨੇ ਟੱਗੀ ਢੂਰੀਆਂ ਵਾਲੀਆਂ ਹਨਾ ਵੀ ਪੜਕਾਉ ਵੀ ਹੁਣ ਆਖੇ ਆਡੀਅנס ਦਾ ਪਿੱਛੇ ਲੱਗ ਗਈ ਵੀ ਚਲੋ ਇਹਨਾਂ ਨੂੰ ਕਰੋ ਹੁਣ ਉਹ ਚੀਜ਼ ਨਹੀਂ ਯਾਰ ਸਿਆਣੇ ਹੋ ਗਏ ਹਨਾ ਮੈਂ ਤਾਂ ਕਹਿੰਦਾ ਗਲਾਵੇਂ ਨੂੰ ਹੱਥ ਪਾ ਲਿਆ ਕਰੋ ਜੇ ਤੁਹਾਡੇ ਜੇਬ ਚੋਂ ਪੈਸਾ ਹੋਵੇ ਕਹਿੰਦਾ ਐਵੇਂ ਕਿਵੇਂ ਖੁੰਦਾ ਤਾਂ ਜੇ ਕੰਮ ਬਣੇ ਤੇ ਯਾਰ ਬੰਦਾ 10000 ਵਾਧਾ ਦੇ ਦੇ ਯਾਰ ਕੁਸ਼ੀ ਦੀ ਗੱਲ ਹੈ ਤਾਂ ਜਿਤਕ ਮਾਣੀ ਬਹੁਤ ਔਖੀ ਹੈ ਇਹਨਾਂ ਇਹਨਾਂ ਕਰਕੇ ਟੁੱਚੂ ਕਰਕੇ ਜਾਂ ਬਾਕੀ ਏਜੰਟ ਬਦਨਾਮ ਨੇ ਸਮਝ ਗਏ ਹੋਗੇ ਮੈਂ ਕਿਹਦੀ ਗੱਲ ਕਰ ਰਿਹਾ ਤਾਂ ਬੈਤਰੀਨ ਤੁਹਾਡੇ ਇਹਦੇ ਤੋ ਇਹ ਇਹਨਾਂ ਦੀ ਸਪੀਕਰਾਂਸ ਬੁਕਰਾਂ ਦੀ ਸੱਚਾਈ ਹੈ ਯਾਰ ਮੜਾ ਇਹ ਦੇਖ ਕੇ ਚਲੋ ਬਾਕੀ ਨੈਕਸਟ ਵੀਡੀਓ ਚ ਗੱਲ ਕਰਾਂਗੇ ਟਿਲ ਦੈਨ ਟੇਕਰ ਗੁੱਡ ਬਾਏ ਰਬ ਰੱਖੇ